ਤਾਂ ਅਸੀਂ ਸਭਨਾ ਭਾਈਆਂ ਨੂੰ ਬਹੁਤ ਬਹੁਤ ਨਮਸਕਾਰ। ਭਾਈਓ ਤੋਂ ਭੈਣੋ, ਅਸੀਂ ਅੱਜ ਬਣਾਉਂਦੇ ਹਾਂ ਇੱਕ ਸਵਿੱਚ ਅਤੇ ਦੋ ਸ਼ੋਕਟ ਦਾ ਕਨੈਕਸ਼ਨ ਕਿੰਨਾ ਕਰਦੇ ਹਾਂ। ਅੱਜ ਤੁਹਾਨੂੰ ਦੱਸਦੇ ਹਾਂ, ਇਹਨੂੰ ਅਸੀਂ ਥੋੜ੍ਹਾ ਉਲਟਾ ਕਰਕੇ ਰੱਖ ਦਿੰਦੇ ਹਾਂ। ਫਿਰ ਕੀ ਕਰਦੇ ਹਾਂ ਅਸੀਂ, ਅਸੀਂ ਇੱਕ ਤਾਰ ਨੂੰ, ਇਹ ਜੋ ਹੈ ਇਸ ਇਹਨੂੰ ਕਹਿੰਦੇ ਨਿਊਟਨ, ਨਿਊਟਨ ਦੀ ਤਾਰ ਨੂੰ ਅਸੀਂ ਇੱਥੇ ਮਿਲਾ ਦਿੰਦੇ ਹਾਂ ਸ਼ੋਕਟ ਨੂੰ ਆਰ ਪਾਰ। ਔਰ ਫਿਰ ਇਸਕੇ ਜੋ ਸੈਕਿੰਡ ਹੈ, ਦੂਜੀ ਵਾਲੀ ਹੈ, ਦੂਜੀ ਵਾਲੀ ਨੂੰ ਅਸੀਂ ਇੱਥੇ ਲਗਾ ਦਿੰਦੇ ਹਾਂ ਇੱਕ ਇੱਥੇ, ਅਤੇ ਅਸੀਂ ਇੱਥੇ ਤੱਕ ਇਹਨੂੰ ਬੁੱਕ ਕਰ ਦਿੰਦੇ ਹਾਂ, ਤਾਰ ਪਾਸ ਕਰੰਟ ਪਾਸ ਕਰ ਦਿੰਦੇ ਹਾਂ ਜਿਸ 'ਤੇ ਇਸਮੇ ਕਰੰਟ ਆ ਜਾਏ। ਔਰ ਇਹ ਹੈ ਨਿਊਟਨ। ਅਬ ਇਹ ਜੋ ਹੈ ਮੇਨ ਹੈ, ਮੀਨਸ ਕਹਿੰਦੇ ਆ ਮੇਨ, ਇਹ ਉਹਦੀ ਪਾਵਰ ਦੀ ਮੇਨ ਜੋ ਹੁੰਦੀ ਹੈ, ਮੇਨ ਤਾਰ ਜੋ ਹੈ ਇਹ ਹੈ, ਔਰ ਇਹ ਹੈ ਨਿਊਟਨ ਦੀ। ਇਹਨੂੰ ਅਸੀਂ ਇੱਥੇ ਲਗਾਉਂਦੇ, ਇਹਨੂੰ ਅਗਰ ਇੱਥੇ ਲਗਾਉਂਦੇ ਤਾਂ ਵੀ ਬੋਰਡ ਚਲ ਜਾਏਗਾ, ਆਪਣਾ ਸਵਿੱਚ ਚਲ ਜਾਏਗਾ। ਇਹਨੂੰ ਇੱਥੇ ਲਗਾਉਂਦੇ ਤਾਂ ਵੀ ਬੋਰਡ ਚਲ ਜਾਏਗਾ, ਇੱਥੇ ਲਗਾਉਂਦੇ ਤਾਂ ਵੀ ਚਲ ਜਾਏਗਾ। ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਇੱਥੇ ਨਹੀਂ ਲਗਾਉਣਾ ਨਾ ਇੱਥੇ ਲਗਾਉਣਾ, ਸਿਰਫ ਸਵਿੱਚ 'ਤੇ ਤੁਸੀਂ ਇੱਥੇ ਲਗਾਉਣਾ, ਕਿਉਂਕਿ ਸਵਿੱਚ ਤੁਹਾਡਾ ਇੱਕ ਹੈ। ਤੋ ਇਹ ਹੈ ਤੁਹਾਡੀ ਮੇਨ, ਇਹ ਹੈ ਤੁਹਾਡੀ ਨਿਊਟਨ। ਨਿਊਟਨ ਦੀ ਜਿਹੜੀ ਇੱਕ ਤਾਰ ਹੈ ਇਹ ਲਾਸਟ ਵਿੱਚ ਲੱਗਦੀ ਹੈ, ਤਾਂ ਦੂਜੀ ਤਾਰ ਅਸੀਂ ਇੱਥੇ ਜੁਆਇੰਟ ਕਰਦੇ ਹਾਂ ਨਿਊਟਨ ਦੀ, ਕਿਉਂਕਿ ਨਿਊਟਨ ਦਾ ਉਹ ਹੁੰਦਾ ਹੈ। ਅਗਰ ਤੁਸੀਂ ਇਹਨੂੰ ਇੱਥੇ ਜੋੜ ਦਿੰਦੇ ਹੈ ਤਾਂ ਇਹ ਸ਼ੋਕਟ ਪੂਰੇ ਬੋਰਡ ਖਰਾਬ ਹੋ ਜਾਂਦਾ ਹੈ। ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਮੇਨ ਨੂੰ ਤੁਸੀਂ ਸਿਰਫ ਇੱਥੇ ਲਗਾਉਣਾ ਇੱਕ ਸ਼ੋਕਟ ਹੈ ਤੋਂ। ਅਗਰ ਦੂਜੀ ਸ਼ੋਕਟ ਹੈ, ਦੋ ਸਵਿੱਚ ਹੈ, ਤਾਂ ਦੋ ਸਵਿੱਚ ਦਾ ਹੁੰਦਾ ਕਿ ਦੋ ਦੀ ਤਾਰ ਇੱਥੇ ਅਤੇ ਇੱਥੇ ਆ ਜਾਂਦੀ ਹੈ, ਉਹਨੂੰ ਕਰੰਟ ਪਾਸ ਕਰ ਦਿੰਦੇ ਹੈ, ਤੁਸੀਂ ਮੇਨ ਨੂੰ ਇੱਥੇ ਵੀ ਲਗਾ ਸਕਦੇ ਹੋ, ਮਗਰ ਦੂਜੇ ਸਵਿੱਚ ਵਿੱਚ ਨਾ। ਕਿ ਤੁਸੀਂ ਸਵਿੱਚ 'ਤੇ ਇੱਧਰ ਆ ਜਾਓ ਤਾਂ ਇਹ ਤੁਹਾਡਾ ਬੋਰਡ ਨੂੰ ਪੂਰਾ ਜਲਾ ਦੇਂਗੀ। ਅਗਰ ਇਹ ਵੀਡੀਓ ਤੁਹਾਨੂੰ ਠੀਕ ਲੱਗਾ ਹੋ ਤਾਂ ਇਸ ਵੀਡੀਓ ਤੁਹਾਨੂੰ ਲਾਈਕ ਕਰਨ, ਸ਼ੇਅਰ ਕਰਨ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ। ਜੈ ਹਿੰਦ ਅਤੇ ਜੈ ਭਾਰਤ।